ਸਤਿਗալੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਤੁਸੀਂ ਸੁਣੋ ਕੁਲਜੀਤ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਇਟਲੀ ਦੇ ਵਿੱਚ ਅੱਜ 20 ਜਿਹੜੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ 18916 ਨਵੇਂ ਕੇਸ 280 ਮਰੀਜ਼ਾਂ ਦੀ ਮੌਤ 11320 320 ਜਿਹੜੇ ਮਰੀਜ਼ਾ ਟੋਟਲ ਇਟਲੀ ਵਿੱਚ ਠੀਕ ਹੋਏ ਨੇ ਟੋਟਲ ਜੇ ਗੱਲ ਕਰੀਏ ਇਟਲੀ ਦੇ ਵਿੱਚ ਪੋਜ਼ੀਟਿਵ ਕੇਸਾਂ ਦੀ ਤੇ 411968 ਨੇ ਇਨ੍ਹਾਂ ਦੇ ਵਿੱਚੋਂ 2216 ਐਮਰਜੈਂਸੀ ਵਾਰਡਾਂ ਦੇ ਵਿੱਚ 18372 ਸਿੰਪਟਮ ਦੇ ਨਾਲ ਰਿਕਵਰ ਕੀਤੇ ਗਏ ਨੇ ਹਸਪਤਾਲਾਂ ਦੇ ਵਿੱਚ ਆਦੇ 399378 ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਜੀ ਤੇ ਜੇ ਗੱਲ ਟੈਸਟਾਂ ਦੀ ਕੀਤੀ ਜਾਵੇ ਤਾਂ ਇਟਲੀ ਦੇ ਵਿੱਚ 32047 ਟੋਟਲ ਟੈਸਟ ਕੀਤੇ ਗਏ ਨੇ ਕੱਲ ਦੇ ਨਾਲੋਂ ਤਕਰੀਬਨ 24 ਟੈਸਟ ਘੱਟ ਕੀਤਾ ਗਿਆ 24 2400 ਟੈਸਟ ਤੇ ਅੱਜ ਜਿਹੜੀ ਤਾਸ਼ੋ ਦੀ ਪੋਜ਼ਿਟਿਵਿਟੀ ਦਾ ਆ 5.86% ਰਹੀ ਹੈ ਜੀ ਤੇ ਜੇ ਦੁਨੀਆ ਦੀ ਗੱਲ ਕਰੀਏ ਤੇ ਇਟਲੀ ਦੀ ਗੱਲ ਕਰੀਏ ਵੈਕਸਿਨ ਦੇ ਤੌਰ ਤੇ ਇਟਲੀ ਦੇ ਵਿੱਚ ਜਿਹੜੀ ਟੋਟਲ ਵੈਕਸਿਨ ਕਿੰਨੀ ਲੱਗ ਗਈ ਆ ਇਟਲੀ ਦੇ ਵਿੱਚ ਜਿਹੜੀ ਟੋਟਲ ਵੈਕਸਿਨ ਆ ਜੀ ਲੱਗ ਗਈ ਆ 4156382 ਬੰਦਿਆਂ ਦੇ ਜਿਹੜਾ ਪਹਿਲਾ ਡੋਜ਼ ਦੁਨੀਆ 'ਚ 12ਵੇਂ ਨੰਬਰ ਤੇ ਆ ਜੀ ਇਸ ਟਾਈਮ ਫਰਾਂਸ ਤੋਂ ਫਰਾਂਸ ਤੋਂ ਬਾਅਦ ਤੇ ਰਸ਼ੀਆ ਤੋਂ ਪਹਿਲਾਂ ਤੇ ਦੂਸਰੀ ਵੈਕਸੀਨ ਦਾ ਜਿਹੜਾ ਡੋਜ਼ ਆ 1386406 ਬੰਦਿਆਂ ਨੂੰ ਲੱਗ ਚੁੱਕਾ ਹੈ ਜੀ ਤੇ ਜੇ ਅਸੀਂ ਚਾਰ ਸਟੇਟਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਕੇਸ ਆਇਆ ਉਹ ਅੱਜ ਹੀ ਲੋਮਬਰ ਦੀ ਹੈ ਜਿਹਦੇ ਵਿੱਚ 4191 ਮੀਲੀਆ ਰូមਾਨੀਆ 2542 ਕੰਪਾਨੀਆ 2215 ਲਾਤਸਿਓ 1347 ਜਾਬੇਨੇ ਤੋਂ ਜਿਹਦੇ ਵਿੱਚ 1285 ਕੇਸ ਆਇਆ ਵੱਧਦੇ ਆ ਜੀ ਅੱਜ ਦੀਆਂ ਖਾਸ ਖਬਰਾਂ ਵੱਲ ਸਭ ਤੋਂ ਪਹਿਲੀ ਖਬਰ ਵੱਲ ਚੱਲਦੇ ਹਾਂ ਜੀ ਰੋਮਾ ਦੇ ਵਿੱਚ ਚੱਲੀਆਂ ਗੋਲੀਆਂ ਰੋਮਾ ਦੇ ਵਿੱਚ ਇੱਕ ਫਰਸੇ ਹੋਣੀ ਹੈ ਜਿਹਦਾ ਨਾਮ ਤੌਰ ਬੈਲਾਮੋਨ ਕਾ ਜਿਹਦੇ ਵਿੱਚ ਦੋ ਬੰਦਿਆਂ ਦੇ ਵਿੱਚ ਆਪਸ ਲੜਾਈ ਹੋਈ ਗੋਲੀਆਂ ਚਲਾਤੀਆਂ ਬਹੁਤ ਸ਼ਾਰਕ ਕੀਤੀ ਗੋਲੀਆਂ ਦੀ ਪਰ ਇਹਨਾਂ ਦੋਹਾਂ ਦੀਆਂ ਗੋਲੀਆਂ ਦੇ ਵਿੱਚ ਇੱਕ 80 ਸਾਲ ਦੀ ਬਜ਼ੁਰਗ ਔਰਤ ਫੱਟੜ ਹੋ ਗਈ ਪਰ ਜਿਹਨੂੰ ਗੋਲੀ ਸਾਈਡ ਤੋਂ چیرਦੇ ਹੋਏ ਲੰਘ ਗਈ ਆ ਉਹਨੂੰ ਆ ਜਾਦਾ ਜਿਤ ਕਹਿ ਦਈਏ ਜਿਆਦਾ ਖਤਰਨਾਕ ਜਿਹੜਾ ਕੱਟ ਨਹੀਂ ਲੱਗਾ ਪਰ ਗੋਲੀ ਜ਼ਰੂਰ ਲੱਗੀ ਆ ਤੇ ਜਿਹੜੇ ਉਸ ਉਸ ਏਰੀਏ ਦੇ ਵਿੱਚ ਬੰਦੇ ਰਹਦੇ ਸੀ ਉਹਨਾਂ ਨੇ ਉਸ ਵੇਲੇ ਹੀ ਪੁਲਿਸ ਨੂੰ ਫੋਨ ਕੀਤਾ ਪੁਲਿਸ ਮੌਕੇ ਵਾਰਦਾਤ ਤੇ ਪਹੁੰਚ ਗਈ ਤੇ ਬੰਦੇ ਜਿਹੜੇ ਫਰਾਰ ਹੋ ਗਏ ਨੇ ਮਿਲੀ ਜਾਣਕਾਰੀ ਅਨੁਸਾਰ ਤੇ ਜੋ ਇਸ ਟਾਈਮ ਉੱਥੇ ਜਿਹੜੀ ਇਨਕੁਆਰੀ ਹੋਈ ਉਹ ਤੋਂ ਇਹੀ ਗੱਲ ਨਿਕਲਦੀ ਹੈ ਵੀ ਜਿਹੜਾ ਉੱਥੇ ਨਸ਼ੇ ਪੱਤੇ ਦਾ ਕਾਰੋਬਾਰ ਚੱਲ ਰਿਹਾ ਸੀ ਉਹਨਾਂ ਦੇ ਕਾਰਨ ਹੀ ਗੋਲੀਆਂ ਚੱਲੀਆਂ ਕਿ ਇੱਕ ਦੂਜੇ ਦੇ ਜਿਹੜੀ ਗੈਂਗ ਸੀ ਆਸ ਵਿੱਚ ਜਿਹੜਾ ਹੈ ਗੈਂਗ ਵਾਰ ਹੋ ਰਿਆ ਸੀ ਜੀ ਬਾਦਯਾ ਜੀ ਇੱਕ ਬਹੁਤ ਤਗੜੀ ਕੋਰਨਿਊਜ਼ ਵਾਲ ਇਟਲੀ ਦੇ ਵਿੱਚ ਪਹਿਲਾ ਪਹਿਲੀ ਸਟੇਟ ਜਿਹੜੀ ਇੱਕ ਹੋਰ ਪਹਿਲੀ ਸਟੇਟ ਹੋਈ ਹੈ ਜੀ ਸਰਦੀਨੀਆਂ ਜਿਹਨੂੰ ਵਾਈਟ ਜ਼ੋਨ ਡਿਕਲੇਅਰ ਕਰ ਦਿੱਤਾ ਰੋਵਰਤੋਸ ਪੇਰਾਂਸਾ ਜੀ ਨੇ ਨਵੇਂ ਆਰਡੀਨੈਂਸ ਪਾਸ ਕੀਤੇ ਨੇ ਜਿਨ੍ਹਾਂ ਦੇ ਵਿੱਚ ਡਿਕਲੇਅਰ ਕੀਤਾ ਕਿ ਸਰਦੀਨੀਆਂ ਐਲਾ ਜ਼ੋਨਾ ਬੀਅੰਕਾ ਕਿ ਸਰਦੀਨੀਆਂ ਇਟਲੀ ਦਾ ਵਾਈਟ ਜ਼ੋਨ ਇਹਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹਰ ਬੰਦਾ ਕਿਸੇ ਵੀ ਪਾਸੇ ਕੋ ਮਸਾਦਾ ਕਿਉਂਕਿ ਇਹਨਾਂ ਦਾ ਜਿਹੜਾ ਆਰਟੀ ਲੈਵਲ ਹੈ 1 ਲੱਖ ਪਿੱਛੇ 29.47 ਹੈ ਕਿ ਇਹਨਾਂ ਦਾ ਮਤਲਬ 1 ਲੱਖ ਟੈਸਟਾਂ ਦੇ ਪਿੱਛੇ ਇਥੇ 29.47 ਬੰਦੇ ਜਾਂ 29 ਤੋਂ 30 ਬੰਦੇ ਹੀ ਪੋਜ਼ਿਟਿਵ ਆ ਰਹੇ ਆ ਤੇ ਇਹ ਇਹਦੇ ਨਾਲ ਇਹ ਨਹੀਂ ਹੈ ਕਿ ਦੁਕਾਨਾਂ ਖੁੱਲੀਆਂ ਨੇ 12 ਖੁੱਲੀਆਂ ਨੇ ਰੈਸਟੋਰੈਂਟ ਖੁੱਲਿਆ ਬਾਰਬਰ ਸ਼ਾਪ ਖੁੱਲੀਆਂ ਨੇ ਬਿਊਟੀ ਪਾਰਲਰ ਖੁੱਲੇ ਆ ਪਰ ਇਹਦੇ ਵਿੱਚ ਕੀ ਆ ਸੋਸ਼ਲ ਡਿਸਟ ਸੋਸ਼ਲ ਡਿਸਟੈਂਡ ਮੂੰ ਤੇ ਮਾਸਕ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਲਾਣਾ ਉਸ ਏਰੀਏ ਦੇ ਵਿੱਚ ਵੀ ਲਾਜ਼ਮੀ ਹੈ ਇਹ ਨਹੀਂ ਕਿ ਜੇ ਵਾਈਟ ਜ਼ੋਨ ਕਰਤਾ ਕਿ ਕੋਈ ਚੱਕਰ ਨਹੀਂ ਬਾਈਟ ਜ਼ੋਨ ਦਾ ਮਤਲਬ ਹੈ ਕਿ ਇਸ ਘਟਨੇ ਪਰ ਜੋ ਵਾਇਰਸ ਆ ਉੱਥੇ ਵੀ ਖੁੱਲ ਘੁੰਮ ਰਿਹਾ ਜੀ ਖੁੱਲੇ ਆਮ ਸ਼ਰੇਆ ਅਗਲੀ ਖਬਰ ਵੱਲ ਚਲਦੇ ਹਾਂ ਜੀ ਜੋ ਕਹਿ ਰਹੀ ਹੈ ਜੀ ਸਰਕਾਰ ਇਟਲੀ ਦੇ ਵਿੱਚ ਕਹਿ ਰਹੇ ਨੇ ਕਿ ਜਿਹੜੇ ਨੋਨ ਰੈਗੂਲਰ ਜਿਨ੍ਹਾਂ ਨੂੰ ਅਸੀਂ ਕਹਦੇ ਹਾਂ ਮਿਗਰਾਂਤੀ ਇਰੈਗੂਲਰ ਜਿਨ੍ਹਾਂ ਦੇ ਕੋਲ ਪੇਪਰ ਨਹੀਂ ਹੈਗੇ ਕੱਚੇ ਬੰਦੇ ਨੇ ਘਰ ਰਹਿਣ ਦਾ ਕੋਈ ਟਿਕਾਣਾ ਨਹੀਂ ਹੈਗਾ ਉਹਨਾਂ ਬੰਦਿਆਂ ਦੇ ਵੀ ਵੈਕਸੀਨ ਲਾਣੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੀ ਜੀ ਇਨਸਾਨੀਅਤ ਹਮਦਰਦੀ ਦੇ ਕਾਰਨ ਬੰਦਿਆਂ ਦੇ ਜਿਹੜੇ ਵੈਕਸੀਨ ਲਗਣੀ ਚਾਹੀਦੀ ਦੂਸਰਾ ਜਿਨਨੇ ਵੱਧ ਬੰਦਿਆਂ ਦੇ ਵੈਕਸੀਨ ਲੱਗੂਗੀ ਉੰਨਾ ਹੀ ਵਾਇਰਸ ਦਾ ਫੈਲਣ ਦਾ ਖਤਰਾ ਘਟਾ ਕਿਉਂਕਿ ਜਿਨ੍ਹਾਂ ਬੰਦਿਆਂ ਕੋਲ ਪੇਪਰ ਨਹੀਂ ਹੈਗੇ ਕੱਚੇ ਆ ਉਹ ਬੰਦੇ ਵਿਚਾਰੇ ਕੋਵਿਡ ਦਾ ਸ਼ਿਕਾਰ ਹੋ ਕੇ ਆਪਨੀ ਜਾਣਬੁੱਝ ਕੇ ਨਹੀਂ ਪਰ ਗਲਤੀ ਨਾਲ ਕਿਸੇ ਹੋਰ ਨੂੰ ਸ਼ਿਕਾਰ ਬਣਾ ਸਕਦੇ ਆ ਪਰ ਕੈਨੇਡਾ ਜਾਂ ਹੋਰ ਜੇ ਕੰਟਰੀਆਂ ਕਰੀਏ ਉਹਨਾਂ ਨੇ ਆਪਣੇ ਦੇਸ਼ਾਂ ਦੇ ਵਿੱਚ ਜਿਹੜੇ ਉਹਨਾਂ ਦੇ ਕੱਚੇ ਬੰਦੇ ਉਹਨਾਂ ਦੇ ਵੈਕਸੀਨ ਲੈਣੀ ਸ਼ੁਰੂ ਕਰ ਦਿੱਤੀ ਹੈ ਇਟਲੀ ਦੇ ਵਿੱਚ ਫਿਲਹਾਲ ਜਿਹੜੇ ਮਿਗਰੈਂਟ ਇਰੈਗੂਲਰ ਆ ਇਹਨਾਂ ਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਪਰ ਸ਼ਾਇਦ ਬਹੁਤ ਜਲਦ ਇੱਥੇ ਵੀ ਜਿਹੜੇ ਕੱਚੇ ਬੰਦੇ ਉਹਨਾਂ ਦੇ ਜਿਹੜੇ ਵੈਕਸੀਨ ਲਗਣੀ ਸ਼ੁਰੂ ਹੋ ਜਾਣੀ ਹੈ ਥੋੜੀ ਜਿਹੀ ਇਟਲੀ ਦੀਆਂ ਸਟੇਟਾਂ ਤੇ ਨਜ਼ਰ ਮਾਰ ਲੈਣੇ ਕਿ ਇਸ ਏਰੀਆ ਦੇ ਵਿੱਚ ਜਿਆਦਾ ਕੇਸ ਜਾਂ ਘੱਟ ਕੇਸ ਆਏ ਨੇ ਸਿਚੀਲੀਆ ਦੀ ਗੱਲ ਕੀਤੀ ਜਾਵੇ ਤਾਂ 518 ਕੇਸ 21 ਦੀ ਮੌਤ ਲਿਗੂਰੀਆ ਦੇ ਵਿੱਚ 353 ਕੇਸ 8 ਦੀ ਮੌਤ ਲੁੰਬਰਦੀਆ ਦੇ ਵਿੱਚ ਤੁਹਾਨੂੰ ਅਸੀਂ ਦੱਸ ਦੇ ਚੁੱਕੇ ਹਾਂ ਪਰ 39 ਬੰਦਿਆਂ ਦੀ ਮੌਤ ਹੋਈ ਹੈ ਜਿਹੜੇ ਟੋਟਲ ਕੇਸ 4191 ਨੇ ਲੁੰਬਰਦੀਆ ਦੇ ਵਿੱਚ ਤੇ ਕਲਬ ਦੀਆਂ ਦੇ ਵਿੱਚ 187 ਕੇਸ ਨੇ ਤੇ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਤੇ ਇੱਕ ਹੋਰ ਬਹੁਤ ਵੱਡੀ ਗੱਲ ਜੋ ਤੁਹਾਨੂੰ ਸੂਚਨਾ ਦੇਣੀ ਚਾਹਾਂਗੇ ਕਿ ਅਸੀਂ ਬਹੁਤ ਵਾਰ ਖਬਰਾਂ ਦਿੰਦੇ ਹਾਂ ਪਰ ਇਹ ਵੀ ਹੋ ਸਕਦਾ ਸਾਡੇ ਕੋਲ ਕੋਈ ਸਪੈਲ ਮਿਸਟੇਕ ਹੋ ਸਕਦੀ ਹੈ ਕੋਈ ਇਨਫੋਰਮੇਸ਼ਨ ਰੋਂਗ ਦਿੱਤੀ ਦੇ ਹੋ ਸਕਦੀ ਹੈ ਤੇ ਜਿਸ ਟਾਈਮ ਅਸੀਂ ਰਿਕਾਰਡਿੰਗ ਕਰਦੇ ਹਾਂ ਫਿਰ ਅਸੀਂ ਉਹਨੂੰ ਤਾਂ ਚੇਂਜ ਨਹੀਂ ਕਰਦੇ ਪਰ ਜੇ ਕੋਈ ਸਾਨੂੰ ਅਠੀਕ ਕਰਦਾ ਬਹੁਤ ਵਧੀਆ ਗੱਲ ਹੈ ਜੇਕਰ ਕੋਈ ਕਰੈਕਸ਼ਨ ਕਰ ਦਿੰਦਾ ਪਰ ਇੱਕ ਇਹੀ ਦੱਸਾਂਗੇ ਵੀ ਅਸੀਂ ਵੀ ਜੋ ਅਖਬਾਰਾਂ ਦੇ ਵਿੱਚ ਪੜ੍ਹਦੇ ਆ ਤੁਹਾਨੂੰ ਉਹੀ ਦੱਸਦੇ ਜੇ ਕਿਤੇ ਸਾਡੇ ਕੋਲ ਕੋਈ ਗਲਤੀ ਹੋ ਜਾਏ ਤਾਂ ਉਸ ਨੂੰ ਗਲਤ ਨਜ਼ਰੀਏ ਦੇ ਨਾਲ ਨਹੀਂ ਦੇਖਣਾ ਇਨਸਾਨ ਗਲਤੀਆਂ ਦਾ ਪੁੱਤਲਾ ਹੁੰਦਾ ਜੀ ਹਿਮੰਤੇ ਦੇ ਵਿੱਚ 1188 ਕੇਸ ਆਏ ਨੇ ਤੇ 14 ਮਰੀਜ਼ਾਂ ਦੀ ਮੌਤ ਹੋਈ ਹੈ ਲਾਸੀ ਦੇ ਵਿੱਚ 1347 20 ਦੀ ਮੌਤ ਹੋਈ ਹੈ ਤੇ ਕੰਪਨੀਆਂ ਦੇ ਵਿੱਚ 2215 14 ਦੀ ਮੌਤ ਮੌਤ ਦੀ ਖਬਰ ਸਾਹਮਣੇ ਆਈ ਹੈ ਤੇ ਇਹ ਤੋਂ ਬਾਅਦ ਅਸੀਂ ਦੇਖਦੇ ਹਾਂ ਇਟਲੀ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਤਕਰੀਬਨ 1 ਲੱਖ ਬੰਦਿਆਂ ਨੂੰ ਚੈੱਕ ਕੀਤਾ ਗਿਆ ਲਾਸਟਲੇ 24 ਘੰਟਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 1041 ਦੇ ਸਿਰ ਕੇਸ ਹੋਇਆ ਤੇ ਇਹ ਜਿਹੜੇ ਜਿਹੜੇ ਬੰਦੇ ਚੈੱਕ ਕੀਤੇ ਗਏ ਜੀ ਇਹਨਾਂ ਦੇ ਵਿੱਚ ਦੁਕਾਨਾਂ ਵੀ ਸੀਗੇ ਇਦਰ ਚੀਜ਼ ਸੀ ਕੁਮਰਚਾਲੀ ਵੀ ਸੀਗੇ ਸਭ ਕੁਝ ਸੀਗੇ ਤੇ ਪਰ 29 ਬੰਦਿਆਂ ਦੇ ਸਿਰ ਕੇਸ ਦਰਜ ਹੋਇਆ 1041 ਜਿਹੜੇ 1000 ਜਿਹੜੇ 41 ਜਿਹਾਂ ਉਹਨਾਂ ਦੇ ਸਿਰ ਜੁਰਮਾਨਾ ਹੋਇਆ ਦਸਾਂ ਦੇ ਸਿਰ ਕੇਸ ਹੋਇਆ 29 ਜਿਹੜੇ ਦੁਕਾਨਾਂ ਨੇ ਉਹਨਾਂ ਨੂੰ ਬੰਦ ਕੀਤਾ ਗਿਆ ਥੋੜਾ ਜਿਹਾ ਕੰਫਿਊਜ਼ਨ ਸੀ ਕਿਉਂਕਿ ਜਿਸ ਟਾਈਮ ਅਸੀਂ ਤੁਹਾਨੂੰ ਪੜ੍ਹ ਕੇ ਦੱਸਦੇ ਆ ਲਾਈਵ ਦੇ ਵਿੱਚ ਰਿਕਾਰਡਿੰਗ ਜੇ ਪੜ੍ਹਦੇ ਆ ਇਸ ਕਰਕੇ ਥੋੜਾ ਜਿਹਾ ਕੰਫਿਊਜ਼ ਹੋ ਸਕਦਾ ਜੀ ਕੰਪਨੀਆਂ ਦੇ ਵਿੱਚ ਜਿਹੜੇ ਸਕੂਲ ਆ 14 ਮਾਰਚ ਤੱਕ ਬੰਦ ਰਹਿਣਗੇ ਵਿਨਸੈਂਸੋ ਦੇ ਲੋਕਾਂ ਨੇ ਜਿਹੜਾ ਆਰਡੀਨੈਂਸ ਉਹਨੂੰ ਬਾਸ ਕਰ ਦਿੱਤਾ ਜੀ 1 ਮਾਰਚ ਤੋਂ ਲੈ ਕੇ 14 ਮਾਰਚ ਤੱਕ ਸਾਰੇ ਸਾਰੇ ਜਿਹੜੇ ਸਕੂਲ ਆ ਕੰਪਨੀਆਂ ਦੇ ਵਿੱਚ ਬੰਦ ਰਹਿਣਗੇ ਇਸ ਕਰਕੇ ਥੋੜਾ ਜਿਹਾ ਸਾਵਧਾਨ ਰਹੋ ਜੀ ਨਾਪਲੀ ਦੇ ਵਿੱਚ ਬਰਾਜ਼ੀਲ ਦਾ ਜਿਹੜਾ ਵਾਰੀਐਂਟ ਆ ਤੇ ਦੋ ਕੇਸ ਆ ਚੁੱਕੇ ਨੇ ਨਾਪਲੀ ਵਾਲੇ ਕੰਪਨੀਆਂ ਵਾਲੇ ਥੋੜਾ ਜਿਹਾ ਹੁਣ ਸਾਵਧਾਨ ਰਹੋ ਜੀ ਅਰੇ ਜਰਮਨ ਤੋਂ ਇੱਕ ਅਪਡੇਟ ਆ ਰਿਹਾ ਜੀ ਜਰਮਨ ਨੇ ਆਸਰਾ ਜ਼ੇਨਕਾ ਜਿਹੜੀ 65 ਸਾਲ ਤੋਂ ਉੱਤੇ ਦੇ ਬੰਦੇ ਉਹਨਾਂ ਲਈ ਅਪਰੂਵ ਕਰ ਦਿੱਤੀ ਆ ਪਰ ਆਸਰਾ ਜ਼ੇਨਕਾ ਦੀ ਗੱਲ ਕਰੀਏ ਤਾਂ ਰੋਬਰਟੋ ਸੁਬਿਰਾਂਸਾ ਜੀ ਨੂੰ ਬਹੁਤ ਸਾਰੇ ਅਧਿਆਪਕਾਂ ਨੇ ਟੀਚਰਾਂ ਨੇ ਚਿੱਠੀ ਲਿਖੀ ਆ ਕਿ ਆਸਤਰਾ ਜ਼ੇਨਕਾ ਨੂੰ ਸਾਡੇ ਟੀਚਰਾਂ ਦੇ ਉੱਤੇ ਨਾਂ ਲਾਇਆ ਜਾਵੇ ਬਲੋਨੀਆ ਆਪਾਨੂੰ ਸਭ ਨੂੰ ਪਤਾ ਕਿ ਬਲੋਨੀਆ ਨੂੰ ਫਾਸ਼ਾ ਰੰਚੋਨ ਸਕੂਰੋ ਕੀਤਾ ਗਿਆ ਜੇ ਕਿ ਇਹਦੇ ਵਿੱਚ ਘੁੰਮ ਫਿਰ ਨਹੀਂ ਸਕਦੇ ਬਾਹਰ ਨਹੀਂ ਜਾ ਸਕਦੇ ਪਰ ਬਲੋਨੀਆ ਦੇ ਵਿੱਚ ਫਿਰ ਵੀ 300 ਜੋਵਨੀ 300 ਬੰਦਿਆਂ ਨੂੰ 300 ਬੱਚਿਆਂ ਨੂੰ ਬੁੱਢਿਆਂ ਨੂੰ ਜਵਾਨਾਂ ਨੂੰ ਸਾਰੇ ਨੂੰ ਰਲਾ ਕੇ ਬੰਦਾ ਜਿਨ੍ਹਾਂ ਨੂੰ ਪਿਆਸਾ ਸੰ ਫਰਾਂਸਿਸਕੋ ਦੇ ਵਿੱਚੋਂ ਖਾਲੀ ਕਰਾਉਣਾ ਪਿਆ ਕਿਉਂਕਿ ਲੋਕੀ ਉੱਥੇ ਹਵਾ ਗੌਣ ਜਮਾ ਹੋ ਗਏ ਸੀ ਇਕੱਠੇ ਹੋ ਗਏ ਸੀ ਬਰਤ ਜੋ ਨਹੀਂ ਹੋ ਸਕਦੇ ਸੀ ਤੇ ਸਕੂਲ ਆ ਜਿਹੜੇ ਸੇਨਾਂ ਦੇ ਵਿੱਚ ਵੀ ਬੰਦ ਰਹਿਣਗੇ 1 ਮਾਰਚ ਤੋਂ ਲੈ ਕੇ 6 ਮਾਰਚ ਤੱਕ ਬੰਦ ਰਹਿਣੇ ਆ ਜੀ ਸਕੂਲ ਸੀ ਇਹਨਾਂ ਦੇ ਵਿੱਚ ਇਹ ਆਰਡੀਨੈਂਸ ਪਾਸ ਕੀਤਾ ਸੇਨਾਂ ਦੇ ਸਰਪੰਚ ਜਿਨ੍ਹਾਂ ਦਾ ਨਾਮ ਲੂਈ ਜੀ ਦੇ ਮੋਸੀਆ ਇੱਕ ਹੋਰ ਅਪਡੇਟ ਆ ਰਿਹਾ ਜੀ ਕਿ ਅੱਜ ਸ਼ਾਮ ਅੱਜ ਸ਼ਾਮ ਨੂੰ 7 ਵਜੇ ਇਸ ਟਾਈਮ ਤੁਸੀਂ ਖਬਰਾਂ ਸੁਣ ਰਹੇ ਹੋ ਜੀ ਕੌਮੀ ਤਦੌ ਤੇ ਨੇਗੋਸ਼ੀਏਟਿਵ ਕੋ ਜਿਹੜੇ ਇਹਨਾਂ ਦੇ ਵਿੱਚ ਨਵੀਂ ਮੀਟਿੰਗ ਚੱਲਣੀ ਆ ਤੇ ਇਹਨਾਂ ਦਾ ਜਿਹੜਾ ਕਪੂ ਹੈ ਮੇਨ ਇੰਚਾਰਜ ਹੈ ਜਿਹੜਾ ਉਹਨੂੰ ਬਦਲ ਦਿੱਤਾ ਗਿਆ ਸੀ ਉਹਦੇ ਵਿੱਚ ਹੁਣ ਇਹ ਦੇਖਣਾ ਕਿ ਰੈੱਡ ਜ਼ੋਨ ਤੇ ਪੀਲੇ ਜ਼ੋਨਾਂ ਦੇ ਵਿੱਚ ਜਾਂ ਫਿਰ ਸੰਗਤਰੀਤ ਉਹਨਾਂ ਦੇ ਵਿੱਚ ਸਕੂਲਾਂ ਨੂੰ ਖੁੱਲੇ ਰੱਖਣਾ ਜਾਂ ਫਿਰ ਨਹੀਂ ਰੱਖਣਾ ਇਹ ਬਹੁਤ ਵੱਡੀ ਗੱਲ ਆ ਜੀ ਸ਼ਾਇਦ ਇਸ ਟਾਈਮ ਗੱਲਬਾਤ ਚੱਲ ਰਹੀ ਹੈ ਕਿ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਊਗਾ ਪਰ ਫਿਲਹਾਲ ਪੱਕਾ ਇਹਦਾ ਕੁਝ ਵੀ ਨਹੀਂ ਹੈ ਪਰ ਗੱਲ ਇਹੀ ਚੱਲ ਰਹੀ ਹੈ ਕਿ ਸਕੂਲਾਂ ਨੂੰ ਬੰਦ ਹੀ ਕਰਨਾ ਪੈਣਾ ਜੀ ਰਸ਼ੀਆ ਦਾ ਬਹੁਤ ਵੱਡਾ ਅਪਡੇਟ ਆ ਰਿਹਾ ਜੀ ਰਸ਼ੀਆ ਦਾ ਅਪਡੇਟ ਆ ਰਿਹਾ ਕਿ ਜਿਹੜੀ ਉਹਨਾਂ ਦੀ ਵੈਕਸੀਨ ਸਪੂਤਨਿਕ 5 ਉਹ ਕਹਿ ਰਹੇ ਨੇ ਕਿ ਸਪੂਤਨਿਕ 5 ਸਾਡੀ ਵੈਕਸੀਨ ਜਿੰਨੇ ਵੀ ਵਾਰੀ ਟੈਸਟ ਕਰ ਰਹੇ ਨੇ ਉਹ ਸਾਰੇ ਦੇ ਸਾਰੇ ਸਾਰੇ ਦੇ ਸਾਰੇ ਦੇ ਖਿਲਾਫ ਸਾਡੀ ਜਿਹੜੀ ਵੈਕਸੀਨ ਚੱਲ ਰਹੀ ਹੈ ਜੀ ਖਤਮ ਹੋ ਰਹੀ ਹੈ ਉਹਨਾਂ ਨੂੰ ਖਤਮ ਕਰ ਰਹੀ ਹੈ ਸਾਡੀ ਜਿਹੜੀ ਵੈਕਸੀਨ ਕੰਮ ਕਰ ਰਹੀ ਹੈ ਤੇ ਬਾਰੀ ਦੇ ਵਿੱਚ ਬਾਰੀ ਤੋਂ ਇੱਕ ਗੱਲ ਆ ਰਹੀ ਹੈ ਕਿ ਜਿਹੜੇ ਸਿਨਮੇ ਸਿਨਮੇ ਘਰ ਹੋਗੇ ਇਹਨਾਂ ਨੂੰ ਖੋਲ ਦੇਣਾ ਚਾਹੀਦਾ ਕਿਉਂਕਿ ਜਿਸ ਟਾਈਮ ਸਕੂਲਾਂ ਨੂੰ ਬੰਦ ਕੀਤਾ ਗਿਆ ਪਰ ਸਕੂਲ ਭਾਵੇਂ ਬੰਦ ਕਰ ਦੋ ਪਰ ਜਿਹੜੇ ਅ ਸਿਨੇਮੇ ਇਹਨਾਂ ਨੂੰ ਖੋਲ ਦੋ ਕਿਉਂਕਿ ਲੋਕੀ ਬਹੁਤ ਜ਼ਿਆਦਾ ਤੰਗ ਆ ਗਏ ਆ ਜੀ ਖੋਲਣ ਦੀ ਲੋੜ ਆ ਜੀ ਜੌਨਸਨ ਐਂਡ ਜੌਨਸਨ ਨੂੰ ਐਮਨ ਅਪਰੂਵ ਕਰ ਦਿੱਤਾ ਤੇ ਹੁਣ ਤਿੰਨ ਹੋਰ ਵੈਕਸੀਨਾਂ ਨੋਵਾ ਵਾਕਸ ਕੋਰੇਵਾਕ ਤੇ ਸਪੁਤਨਿਕ 5 ਇਹਨਾਂ ਦੀ ਹੁਣ ਇਸ ਟਾਈਮ ਅਗਨੀ ਪਰਿਕਸ਼ਾ ਚੱਲ ਰਹੀ ਹੈ ਜੇਕਰ ਇਹ ਵੀ ਪਾਸ ਹੋ ਜਾਂਦੇ ਆ ਤਾਂ ਫਿਰ ਬਹੁਤ ਵੱਡੀ ਮਾਤਰਾ ਦੇ ਵਿੱਚ ਯੂਰਪ ਦੇ ਵਿੱਚ ਇਹ ਤਿੰਨ ਵੈਕਸੀਨਾ ਆ ਸਕਦੀਆਂ ਨੇ ਜੀ ਇਟਲੀ ਦੇ ਵਿੱਚ 332 ਜਿਹੜੇ ਟੋਟਲ ਡਾਕਟਰ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਜੀ ਹੁਣ ਵੱਧਦੇ ਆ ਜੀ ਇੱਕ ਨਵੀਂ ਖਬਰ ਵੱਲ ਗੱਲ ਕਰਦੇ ਆ ਜੀ ਕਰਤਾ ਦੀ ਸਜੂਰਨ ਨੂੰ ਬਾਰੇ ਜੋ ਇੱਕ ਬਹੁਤ ਸਵਾਲ ਪੁੱਛਿਆ ਜਾਂਦਾ ਕਿ ਸਾਨੂੰ ਏ 2 ਸਰਟੀਫਿਕੇਟ ਦੀ ਲੋੜ ਹੈ ਹਾਂ ਜੀ ਤੁਹਾਨੂੰ ਏ 2 ਸਰਟੀਫਿਕੇਟ ਹੋਣਾ ਚਾਹੀਦਾ ਕੱਟ ਤੱਕ ਇਟਲੀ ਦੇ ਵਿੱਚ ਜਿਹੜੇ ਤੁਹਾਡੀ ਸਜੂਰਨ ਨੂੰ 5 ਸਾਲ ਰੈਜ਼ੀਡੈਂਸ ਨਹੀਂ ਤੁਹਾਡੀ ਸਜੂਰਨ ਨੂੰ 5 ਸਾਲ ਦੀ ਹੋਣੀ ਚਾਹੀਦੀ ਹੈ ਜਿਹੜਾ ਰਹਿ ਦਿੱਤਾ ਉਹ ਕੁੱਦ ਗਿਣੀ ਚਾਹੀਦੀ ਹੈ ਬਹੁਤ ਵਾਰ ਪੁੱਛਿਆ ਜਾ ਰਿਹਾ ਹੈ ਕੁੱਦ ਜਿਹੜਾ ਇੱਕ ਬੰਦਾ ਇਕੱਲੇ ਬੰਦੇ ਨੂੰ ਜਿਹੜੀ ਕੋਦ ਚਾਹੀਦੀ ਹੈ 5983 ਐਰੋ ਤੇ 64 ਸੈਂਟੋ ਜਿਹੜੇ ਚਾਹੀਦੇ ਜੇਕਰ ਦੋ ਮੀਆਂ ਬੀਬੀ ਆ ਤਾਂ 8975 ਤੇ 46 ਸੈਂਟ ਚਾਹੀਦੇ ਆ ਜੇ ਮੀਆਂ ਬੀਬੀ ਤੇ ਇੱਕ ਬੱਚਾ ਵੀ ਆ ਤਾਂ ਫਿਰ ਜਿਹੜੀ ਕੋਦ ਉਹ 11967 ਦੀ ਚਾਈ ਵੀ ਹੈ ਜੇ ਚਾਰ ਜਾਣਿਆਂ ਘਰ ਦੇ ਵਿੱਚ ਰੈਜ਼ੀਡੈਂਸ ਦੇ ਵਿੱਚ ਸਤਾ ਤੋਂ ਦੀ ਫੈਮਿਲੀਆ ਦੇ ਵਿੱਚ ਟੋਟਲ ਜਿਹੜੇ ਫਿਰ 14960 ਦੀ ਜਿਹੜੀ ਆ 958 960 ਦੀ ਚਾਹੀਦੀ ਹੈ ਕੋਦ ਟੋਟਲ ਜੇ 5 ਜਾਨੇ ਹੋਣ ਕਹਿੰਦਾ ਮਤਲਬ ਮੀਆਂ ਬੀਬੀ ਤਿੰਨ ਬੱਚੇ ਦਾ ਉਸਤਾਦ ਉਹਦੀ ਫੈਮਿਲੀਆ ਦੇ ਵਿੱਚ 5 ਜਾਨੇ ਆ ਫਿਰ ਉਸ ਕੇਸ ਦੇ ਵਿੱਚ 17950 ਦੀ ਜਿਹੜੀ ਕੋਦ ਚਾਹੀਦੀ ਆ ਤੇ ਇਹ ਜੋ ਕੋਦ ਹੁੰਦੀ ਹਰ ਸਾਲ ਅਸੀਂ ਕੇਸ ਦੇ ਹਿਸਾਬ ਦੇ ਨਾਲ ਦੇਖਦੇ ਆ ਇਹ ਜਿਹੜੀ ਕੋਦ ਆ ਇਹ ਦੇਖੀ ਜਾਂਦੀ ਆ 2021 ਦੀ ਆ ਪਰ ਅਸੀਂ ਦੇਖਦੇ ਇਹਨੂੰ 80940 ਦੇ ਨਾਲ ਅਸਲ ਦੇ ਵਿੱਚ 80940 ਹੈ ਕੀ 80940 ਇਹ ਕੁਝ ਹੋਰ ਨਹੀਂ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਬੁਢਾਪਾ ਪੈਨਸ਼ਨ ਜੋ ਕਿ 66 ਸਾਲ 7 ਮਹੀਨੇ 67 ਸਾਲ ਤੋਂ ਮੰਦਿਰ ਨੂੰ ਲੱਗਦੀ ਹੈ ਇਟਾਲੀਅਨ ਨੂੰ ਲੱਗਦੀ ਆ ਪਰ ਜਿਹੜੇ ਗੈਰ ਮੁਲਕੀ ਉਹਨਾਂ ਨੂੰ ਵੀ ਲੱਗ ਸਕਦੀ ਉਹਨਾਂ ਦੇ ਕੋਲ ਕਾਰਤਾ ਦੀ ਸਜ਼ੋਰ ਨੂੰ ਹੋਣੀ ਚਾਹੀਦੀ ਤੇ ਇਟਲੀ ਦੇ ਵਿੱਚ ਰਹਿੰਦਿਆਂ ਨੂੰ ਉਹਨਾਂ ਨੂੰ ਘੱਟ ਤੋਂ ਘੱਟ 10 ਸਾਲ ਹੋ ਗਏ ਹੋਣੇ ਚਾਹੀਦੇ ਲਗਾਤਾਰ 10 ਸਾਲ ਹੋ ਜਾਣੇ ਚਾਹੀਦੇ ਤੇ ਕਿਸੇ ਸਾਫ ਦੇ ਨਾਲ ਕਿਦਾਂ ਹੁੰਦਾ ਉਹ ਅਸੀਂ ਬਾਅਦ ਚ ਦੱਸਾਂਗੇ ਪਰ ਜਦੋਂ ਜਿਸ ਵੀ ਬੰਦੇ ਨੂੰ ਇਹ ਲੱਗ ਜਾਂਦੀ ਹੈ ਚਾਹੇ ਇਟਾਲੀਅਨ ਨੈਸ਼ਨੈਲਿਟੀ ਨਹੀਂ ਹੈਗੀ ਉਹਦੇ ਕੋਲ ਕਾਰਤਾ ਦੀ ਸਜ਼ੋਰ ਨੂੰ ਲਗਾਤਾਰ 10 ਸਾਲ ਇਟਲੀ ਚ ਰਹਿੰਦਿਆਂ ਨੂੰ ਹੋ ਗਏ ਉਮਰ 67 ਸਾਲ ਆ ਜਾਂ 67 ਸਾਲ ਤੋਂ ਵੱਧਾ 460 € 2021 ਦੇ ਲਈ ਲੱਗਣਿਆ 460 ਜਾਂ 461 ਰੁਪਏ ਪਰ ਜੇ 1 ਮਹੀਨਾ ਲਗਾਤਾਰ ਇਟਲੀ ਤੋਂ ਬੰਦਾ ਬਾਹਰ ਚਲ ਜਾਂਦਾ ਤਾਂ ਫਿਰ ਉਸ ਸਿਚੁਏਸ਼ਨ ਦੇ ਵਿੱਚ ਜਿਹੜੀ ਸੇਨੀਅਰ ਸਟਾਫ ਲਈ ਲੱਗੀ ਹੁੰਦੀ ਆ ਜਿਹੜੀ ਬੁਢਾਪਾ ਪੈਨਸ਼ਨ ਜਿਹਨੂੰ ਅਸੀਂ ਕਹਿ ਸਕਦੇ ਆ ਉਹ ਕੱਟ ਹੋ ਜਾਂਦੀ ਆ ਬਹੁਤ ਵਾਰ ਸਾਨੂੰ ਪੁੱਛਿਆ ਜਾਂਦਾ ਕਿ ਬੁਢਾਪਾ ਪੈਨਸ਼ਨ ਇਟਲੀ ਦੇ ਵਿੱਚ ਕਿਸ ਹਿਸਾਬ ਦੇ ਨਾਲ ਲੱਗਦੀ ਆ ਉਹਦੇ ਲਈ ਦਾ ਸਾਲਡਰਿਟੀ ਦੇ ਵਿੱਚ ਰਹਿਣਾ ਜ਼ਰੂਰੀ ਹੈ ਤੁਹਾਡੇ ਕੋਲ ਜਿਹੜੀ ਕੋਦਵਾ ਤੁਹਾਡੀ ਇਨਕਮ ਆ ਬਹੁਤ ਹੀ ਜ਼ਿਆਦਾ ਘੱਟ ਹੋਣੀ ਚਾਹੀਦੀ ਹੈ ਜੋ ਸਰਕਾਰ ਨੇ ਲਿਮਟ ਰੱਖੀ ਹੈ ਸਾਲ ਦੀ ਤੇ ਇਹਦੇ ਨਾਲ ਤੁਹਾਨੂੰ ਤਕਰੀਬਨ ਤਗੀਆਂ ਨੂੰ 6000 ਰੁਪਏ ਸਾਲ ਦਾ ਸਰਕਾਰ ਨੇ ਦੇਣਾ ਐਜ਼ ਬੁਢਾਪਾ ਪੈਨਸ਼ਨ ਤੇ ਜੇ ਤੁਸੀਂ ਕੰਮ ਕੀਤਾ ਇਟਲੀ ਦੇ ਵਿੱਚ ਤੁਹਾਡੇ ਜਿਹੜਾ ਟੈਕਸ ਤਾਰਿਆ ਤਾਂ ਉਹ ਜਿਹੜੀ ਤੁਹਾਡੀ ਐਕਸਟਰਾ ਵਿੱਚ ਐਡ ਹੋ ਕੇ ਤੁਹਾਡੇ ਜਿੰਨੀ ਪੈਨਸ਼ਨ ਬਣਦੀ ਹੈ ਉਹ ਬਣ ਜਾਣੀ ਹੈ ਤੇ ਇਹ ਆ ਜੀ ਪੈਨਸ਼ਨ ਕੇਸ ਦੇ ਹਿਸਾਬ ਦੇ ਨਾਲ ਲੱਗਦੀ ਹੈ ਬਹੁਤ ਵਾਰ ਪੁੱਛਿਆ ਜਾਂਦਾ ਇਸ ਕਰਕੇ ਅਸੀਂ ਕਿ ਅੱਜ ਦੀਆਂ ਖਬਰਾਂ ਦੇ ਵਿੱਚ ਇਹਨੂੰ ਵੀ ਮੈਂਸ਼ਨ ਕਰ ਦਿੱਤਾ ਜਾਵੇ ਮਿਲਾਂਗੇ ਜੀ ਆਪਾਂ ਨੈਕਸਟ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਤੁਸੀਂ ਸੁਣ ਰਹੇ ਸੀ ਟਾਲਿਨ ਖਬਰਾਂ ਕੁਲਵਿੰਦਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ